Bismillahirrahmanirrahim. Sallallahu ala Muhammad sallallahu alaihi wasallam sallallahu ala Muhammad sallallahu alaihi wasallam. ਕੰਨਿਆ ਜੀ ਅੱਜ ਦਾ ਵਲੌਗ ਸ਼ੁਰੂ ਦਰੂਦ ਸ਼ਰੀਫ ਪੜ੍ਹ ਲਓ ਜਿਹੜੇ ਮੇਰੇ ਵੀਰ ਭਰਾ ਚੈਨਲ ਤੇ ਨਵੇਂ ਆਏ ਨੇ ਤੇ ਜਿਹੜੇ ਪੁਰਾਣੇ ਨੇ ਲਾਜ਼ਮੀ ਦਰੂਦ ਸ਼ਰੀਫ ਪੜ੍ਹੋ ਤਾਂ ਕਿ ਇਹਦਾ ਤੁਹਾਨੂੰ ਵੀ ਕੋਈ ਸਵਾਬ ਹਾਸਲ ਹੋ ਸਕੇ ਤੇ ਕੰਨਿਆ ਅੱਜ ਦਾ ਵਲੌਗ ਸ਼ੁਰੂ ਤੇ ਜਿਹੜੇ ਮੇਰੇ ਵੀਰ ਭਰਾ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਫਾਲੋ ਕਰੋ ਤੇ ਲਾਈਕ ਤੇ ਸ਼ੇਅਰ ਕਰਿਓ ਤੇ ਅੱਜ ਜੀ ਬੜੇ ਵੀਰ ਭਰਾਵਾਂ ਦੇ ਮੈਨੂੰ ਕਮੈਂਟ ਆਏ ਨੇ ਕਿ ਯੂਰਪ ਦੀ ਸਭ ਤੋਂ ਬੈਸਟ ਕੰਟਰੀ ਜਾਂ ਤੁਹਾਡੇ ਤਜਰਬੇ ਦੇ ਮੁਤਾਬਕ ਕਿਹੜੀ ਕੰਟਰੀ ਚੰਗੀ ਆ ਤੇ ਜਿਹੜਾ ਕਿ ਮੈਂ ਆਪਣੇ ਤਜਰਬੇ ਦੇ ਮੁਤਾਬਕ ਲਾਣਾ ਮੈਂ ਤੁਰਕੀਓ ਯੂਨਾਨ ਆਇਆ ਯੂਨਾਨ ਜੇ ਇਸ ਟਾਈਮ ਦੇਖਿਆ ਜਾਏ ਤੇ ਕੰਮ ਦੇ ਲਿਹਾਜ਼ ਨਾਲ ਬੈਸਟ ਕੰਟਰੀ ਆ ਇਸ ਟਾਈਮ ਦੇਖਿਆ ਜਾਏ ਯੂਰਪ ਦੇ ਤਕਰੀਬਨ ਕੋਈ ਚੰਦ 10 ਮੁਮਾਲਕਾਂ ਵਿੱਚ ਆਉਂਦੀ ਹੈ ਇਸ ਟਾਈਮ ਯੂਨਾਨ ਦੀ ਕੰਟਰੀ ਜਿਹੜੀ ਕੰਮ ਦੇ ਲਿਹਾਜ਼ ਨਾਲ ਬੈਸਟ ਜਾ ਰਹੀ ਹੈ ਇਸ ਟਾਈਮ ਉਹਦੀ ਇਕੋਨਮੀ ਬੈਸਟ ਜਾ ਰਹੀ ਹੈ ਤੇ ਜੇ ਤੁਸੀਂ ਗੱਲ ਕਰੋ ਡਾਕੂਮੈਂਟਾਂ ਦੇ ਹਿਸਾਬ ਨਾਲ ਤੇ ਜੇ ਡਾਕੂਮੈਂਟਾਂ ਦੇ ਹਿਸਾਬ ਨਾਲ ਗੱਲ ਕਰੋ ਤੇ ਫਿਰ ਪੁਰਤਗਾਲ ਆ ਜਾਂਦਾ ਪੁਰਤਗਾਲ ਬੈਸਟ ਕੰਟਰੀ ਆ ਜਿਹੜੇ ਮੇਰੇ ਵੀਰ ਭਰਾ ਦੇਖ ਰਹੇ ਨੇ ਮੇਰੀ ਵੀਡੀਓ ਤੇ ਲਾਜ਼ਮੀ ਦੱਸਿਓ ਜਿਹੜੇ ਇੱਥੇ ਯੂਰਪ ਵਿੱਚ ਰਹਿ ਰਹੇ ਨੇ ਉਹ ਵੀ ਲਾਜ਼ਮੀ ਕਮੈਂਟ ਕਰਕੇ ਦੱਸਿਓ ਪੁਰਤਗਾਲ ਬੈਸਟ ਕੰਟਰੀ ਆ ਪੁਰਤਗਾਲ ਜਿਹੜਾ ਬੰਦਾ ਅਨਲੀਗਲ ਆਉਂਦਾ ਜਿਹੜਾ ਡੰਕੀ ਲਾ ਕੇ ਆਉਂਦਾ ਉਹਨੂੰ ਤਕਰੀਬਨ ਕੋਈ 12 ਟੈਕਸ ਤਾਰਨੇ ਪੈਂਦੇ ਨੇ ਪੁਰਤਗਾਲ ਦੇ ਵਿੱਚ ਜਿਹੜਾ ਕੋਈ ਬੰਦਾ ਅੱਗੇ ਚੰਗਾ ਹੋਏ ਜਿਹੜਾ ਇਮਾਨਦਾਰ ਬੰਦਾ ਹੋਏ ਜਿਹੜਾ ਤੁਹਾਡਾ ਲੈ ਕੇ ਚੱਲੇ ਤੁਹਾਡੇ ਕੇਸ ਨੂੰ ਤੇ ਤੁਹਾਨੂੰ ਤਕਰੀਬਨ ਸਾਰੀਆਂ 1.5 ਸਾਲ ਦੇ ਵਿੱਚ ਤੁਹਾਨੂੰ ਕਾਰਡ ਲੱਭ ਜਾਂਦਾ ਪੁਰਤਗਾਲ ਦੇ ਵਿੱਚ ਤੇ ਜਿਹੜਾ ਬੰਦਾ ਲੀਗਲ ਜਿਸ ਤਰ੍ਹਾਂ ਕਿ ਯੂਨਾਨ ਬਾਈਅਰ ਮੁੰਡੇ ਆ ਰਹੇ ਨੇ ਬਾਈਅਰ ਉੱਥੋਂ ਉੱਥੇ ਕਾਨੂੰਨ ਨਹੀਂ ਆ ਵੀ ਵੀਜ਼ੇ ਦਾ ਅਗੂ ਰੀਨਿਊ ਕਰਨ ਦਾ ਤੇ ਫਿਰ ਜ਼ਿਆਦਾਤਰ ਜਿਹੜੀ ਆਵਾਮ ਹੈ ਜਿਹੜੇ ਲੜਕੇ ਨੇ ਸਾਡੇ ਪਾਕਿਸਤਾਨੀ ਉਹ ਅੱਗੇ ਆ ਜਾਂਦੇ ਨੇ ਪੁਰਤਗਾਲ ਪੁਰਤਗਾਲ ਆ ਕੇ ਲੀਗਲ ਤਰੀਕੇ ਨਾਲ ਐਂਟਰੀ ਕਰਦੇ ਨੇ ਉਹਨਾਂ ਵਾਸਤੇ 6 ਟੈਕਸ ਨੇ 6 ਟੈਕਸਾਂ ਤੋਂ ਬਾਅਦ ਉਤਾਰਦੇ ਪਏ ਨੇ ਮੈਂ ਵੀਡੀਓ ਬਣਾ ਰਿਹਾ ਕਿ ਜਿਹੜੇ ਮੇਰੇ ਵੀਰ ਭਰਾਵਾਂ ਦੇ ਕਮੈਂਟ ਆਏ ਨੇ ਜਾਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕਿ ਬੈਸਟ ਕੰਟਰੀ ਕਿਹੜੀ ਆ ਕਈ ਕਹਿੰਦੇ ਨੇ ਜਰਮਨ ਪੈਸਾ ਬੜਾ ਫਰਾਂਸ ਪੈਸਾ ਬੜਾ ਪੈਸਾ ਬੜਾ ਹਰ ਕੰਮ ਵਿੱਚ ਮਿਹਨਤ ਕਰੋ ਹਰ ਜਗ੍ਹਾ ਹੀ ਪੈਸਾ ਬੜਾ ਲੇਕਿਨ ਜਰਮਨ ਜਾਂ ਫਰਾਂਸ ਤੁਹਾਡਾ ਮੁਸਤਕਬਿਲ ਨਹੀਂ ਆ ਗਈ ਉੱਥੇ ਮੁਸਤਕਬਿਲ ਤੋਂ ਮੁਰਾਦ ਕਿ ਡਾਕੂਮੈਂਟ ਕੋਈ ਨਹੀਂ ਉੱਥੇ ਆ ਗਈ ਪੁਰਤਗਾਲ ਆ ਜਾਂਦਾ ਪੁਰਤਗਾਲ ਤੋਂ ਬਸ ਸਪੇਨ ਆ ਜਾਂਦਾ ਕੰਟਰੀ ਵਾਹ ਜਿਹੜੀ ਪੇਪਰ ਤੁਹਾਨੂੰ 2 ਸਾਲ ਦਾ ਕਾਨੂੰਨ ਹੈ 2 ਸਾਲਾਂ ਬਾਅਦ ਤੁਹਾਨੂੰ ਪੇਪਰ ਦੇ ਖੜਦੀ ਆ ਤੀਸਰੇ ਨੰਬਰ ਤੇ ਇਟਲੀ ਆ ਜਾਂਦਾ ਇਟਲੀ ਇੱਕ ਵਾਹਦ ਮੁਲਕ ਹੈ ਜਿੱਥੇ ਤੁਹਾਡੇ ਨਸੀਬ ਖੇਡ ਦੇਣੇ ਕਈ ਉਹਨੇ ਜਿਨ੍ਹਾਂ ਨੂੰ 6 ਮਹੀਨਾ ਵੇਲਾ ਵੀ ਆਉਂਦੇ ਨੇ ਕਈ ਉਹਨੇ ਜਿਨ੍ਹਾਂ ਨੂੰ ਸਾਲ ਵੇਲਾ ਵੀ ਆਉਂਦੇ ਨੇ ਕਈ ਉਹਨੇ ਜਿਨ੍ਹਾਂ ਨੂੰ 3 ਸਾਲ ਬਾਅਦ ਲੱਭਦੇ ਨੇ ਹਰ ਬੰਦੇ ਦੇ ਆਪਣੇ ਨਸੀਬ ਨੇ ਵਿੱਚ ਮੇਰੇ ਬੜੇ ਵੀਰ ਭਰਾ ਐਸੇ ਵੀ ਆ ਨੇ ਜਿਨ੍ਹਾਂ ਨੂੰ ਤਕਰੀਬਨ ਸਾਲ ਸਾਲ ਦੇ ਵਿੱਚ ਪੇਪਰ ਲੱਭੇ ਨੇ ਇਟਲੀ ਵਾਹਦ ਕੰਟਰੀ ਆ ਜਿੱਥੇ ਲੱਖ ਖੇਡਦੀ ਆ ਬੰਦੇ ਦੀ ਤੇ ਜਿਹੜੇ ਤੇ ਸਟੱਡੀ ਬੇਸ ਦੇ ਵੀਜ਼ੇ ਤੇ ਯੂਰਪ ਦਾ ਪਾਕਿਸਤਾਨ ਕਈ ਉੱਥੇ ਸਟੱਡੀ ਏਜੰਟਾਂ ਨਾਲ ਗੱਲ ਕਰਦੇ ਨੇ ਸਟੱਡੀ ਦੇ ਹੱਥੇ ਕੋਈ ਫਾਇਦਾ ਨਹੀਂ ਹੈ ਵੀ ਸਟੱਡੀ ਬੇਸ ਦੇ ਵੀਜ਼ੇ ਤੇ ਆਉਣ ਦਾ ਸਟੱਡੀ ਬੇਸ ਤੇ ਤੁਸੀਂ ਆਉਣਾ ਤੁਸੀਂ ਇੰਗਲੈਂਡ ਅਮੈਰੀਕਾ ਕੈਨੇਡਾ ਸਟੱਡੀ ਵੀਜ਼ੇ ਤੇ ਉਹ ਵੀਜ਼ੇ ਅਪਲਾਈ ਕਰੋ ਯੂਰਪ ਦੇ ਵਿੱਚ ਯੂਰਪ ਦੀਆਂ ਆਲ ਕੰਟਰੀ ਯੂਰਪ ਦੀਆਂ 36 ਜਾਂ 37 ਕੰਟਰੀਆਂ ਨੇ ਇਹਨਾਂ ਵਿੱਚ ਇੰਗਲਿਸ਼ ਕੋਈ ਨਹੀਂ ਹੈ ਵੀ ਇਟਾਲੀਅਨ ਹੈ ਇਟਾਲੀਅਨ ਆਪਣੀ ਲੈਂਗੁਏਜ ਬੋਲਦੇ ਨੇ ਜਰਮਨ ਹੈ ਜਰਮਨ ਦੀ ਲੈਂਗੁਏਜ ਬੋਲਦੇ ਨੇ ਫਰਾਂਸ ਆ ਤੇ ਫਰਾਂਸ ਦੇ ਵਿੱਚ ਫ੍ਰੈਂਚ ਬੋਲੀ ਜਾਂਦੀ ਹੈ ਸਪੇਨ ਆ ਉਹਦੇ ਵਿੱਚ ਸਪੈਨਿਸ਼ ਬੋਲੀ ਜਾਂਦੀ ਹੈ ਤੇ ਯੂਨਾਨ ਹੈ ਯੂਨਾਨ ਦੇ 2-3 ਨਾਂ ਨੇ ਗ੍ਰੀਸ ਅਲੈਦਾ 2-3 ਨਾਂ ਨੇ ਉਹਦੇ ਵਿੱਚ ਗ੍ਰੀਕੀ ਬੋਲੀ ਜਾਂਦੀ ਹੈ ਤੇ ਇਹਨਾਂ ਸਾਰੇ ਮੁਲਕਾਂ ਦੀ ਆਪਣੀ ਆਪਣੀ ਲੈਂਗੁਏਜ ਆ ਜਿਹੜੇ ਮੇਰੇ ਵੀਰ ਭਰਾ ਸਟੱਡੀ ਵੀਜ਼ਾ ਤੇ ਆਉਣਾ ਚਾਹੁੰਦੇ ਨੇ ਉਹ ਇੰਗਲੈਂਡ ਦਾ ਵੀਜ਼ਾ ਅਪਲਾਈ ਕਰੋ ਕੈਨੇਡਾ ਅਮੈਰੀਕਾ ਆ 2-3 ਕੰਟਰੀਆਂ ਦਾ ਵੀਜ਼ਾ ਅਪਲਾਈ ਕਰੋ ਜਿੱਥੇ ਇੰਗਲਿਸ਼ ਹੋਏ ਤੇ ਤੁਹਾਡਾ ਫਿਊਚਰ ਵਿੱਚ ਫਾਇਦਾ ਵੀ ਹੋਏ ਫਿਊਚਰ ਤੋਂ ਮੁਰਾਦ ਕਿ ਉੱਥੇ ਇੰਗਲਿਸ਼ ਬੋਲੀ ਜਾਂਦੀ ਹੋਏ ਤੁਹਾਡੇ ਵਾਸਤੇ ਆਸਾਨੀ ਹੋਏ ਇਹਨਾਂ ਮੁਲਕਾਂ ਵਿੱਚ ਆ ਗਏ ਇਹਨਾਂ ਮੁਲਕਾਂ ਦੀ ਆਪਣੀ ਜ਼ਬਾਨ ਆ ਇੰਗਲਿਸ਼ ਇੱਥੇ ਕੋਈ ਤਰਜੀਹ ਨਹੀਂ ਆ ਇੰਗਲਿਸ਼ ਨੂੰ ਇੰਨੀ ਤੇ ਮੇਰੇ ਵੀਰ ਭਰਾਵਾਂ ਦੇ ਕਮੈਂਟ ਆਏ ਸੀ
ਤੇ ਬਕਾਇਦਾ ਜਿਹੜੀਆਂ ਦੂਸਰੀਆਂ ਕੰਟਰੀਆਂ ਨੇ, ਆਸਟ੍ਰੇਲੀਆ ਹੋ ਗਈ, ਹੰਗਰੀ ਹੋ ਗਈ, ਉਹ ਡਾਕੂਮੈਂਟ ਨਹੀਂ ਦਿੰਦੀ ਆ ਵੀ। ਯੂਨਾਨ ਦੇ ਵਿੱਚ ਵੀ ਹੁਣ ਯੂਨਾਨ ਵੀਜ਼ੇ ਖੁੱਲੇ ਨੇ, ਲੇਕਿਨ ਇਹ ਕਿ ਵੀਜ਼ੇ ਖੁੱਲਣ ਦਾ ਵੀ ਫਾਇਦਾ ਕੋਈ ਨਹੀਂ। ਸਾਡੇ ਪਾਕਿਸਤਾਨੀ ਨੇ ਜਿਹੜੇ ਉੱਥੋਂ ਅੱਗੇ ਆ ਰਹੇ ਨੇ, ਉਹ ਵੀਜ਼ੇ ਉਹਨਾਂ ਨੇ ਬੰਦ ਕਰ ਖੜੇ ਨੇ। ਤੇ ਬਕਾਇਦਾ ਮੈਂ ਉਹਨਾਂ ਵੀਰ ਭਰਾਵਾਂ ਨੇ ਬਣਾਈ ਹੈ ਜਿਨ੍ਹਾਂ ਨੇ ਮੈਨੂੰ ਬੜੇ ਕਮੈਂਟ ਕੀਤੇ ਯੂਰਪ ਦੀ ਕਿਹੜੀ ਬੈਸਟ ਕੰਟਰੀ ਹੈ, ਤੇ ਜੇ ਤੇ ਤੁਸੀਂ ਸਟੱਡੀ ਵੀਜ਼ੇ ਤੇ ਆਉਣਾ ਤੁਹਾਡੇ ਵਾਸਤੇ ਬੈਸਟ ਇੰਗਲੈਂਡ, ਅਮੈਰੀਕਾ, ਕੈਨੇਡਾ, ਤੇ ਜੇ ਤੁਸੀਂ ਵੈਸੇ ਪੈਸੇ ਕਮਾਉਣ ਵਾਸਤੇ ਆਉਣਾ ਫਿਰ ਤੁਹਾਡੇ ਵਾਸਤੇ ਯੂਰਪ ਬੈਸਟ ਹੈ। ਯੂਰਪ ਦੇ ਵਿੱਚ ਕੰਮ ਸ਼ਾਮ ਵੀ ਬਹੁਤ ਜ਼ਿਆਦਾ, ਡਾਕੂਮੈਂਟ ਹੋਣੇ ਚਾਹੀਦੇ ਨੇ, ਡਾਕੂਮੈਂਟ ਖਾਸ ਕਰ ਇਟਲੀ, ਸਪੇਨ, ਇੱਥੇ ਡਾਕੂਮੈਂਟਾਂ ਦੇ ਸਿਰ ਤੇ ਕੰਮ ਲੱਭਦਾ। ਤੇ ਜੇ ਯੂਨਾਨ ਦੀ ਗੱਲ ਕੀਤੀ ਜਾਏ, ਉੱਥੇ ਬੰਦਾ ਅਨਲੀਗਲ ਵੀ ਕੰਮ ਬੰਦਾ ਕਰਦਾ, ਕਿਉਂਕਿ ਯੂਨਾਨ ਦੇ ਵਿੱਚ ਮਜ਼ਦੂਰੀ ਬਹੁਤ ਜ਼ਿਆਦਾ। ਇਸ ਟਾਈਮ ਯੂਨਾਨ ਦੀ ਇਕੋਨਮੀ ਬਹੁਤ ਬਿਹਤਰ ਜਾ ਰਹੀ ਹੈ ਦੂਸਰੇ ਮੁਲਕਾਂ ਦੇ ਮੁਕਾਬਲੇ ਤੇ। ਤੇ ਯੂਨਾਨ ਉਹ ਟਾਈਮ ਸੀ ਕਿ 2021 ਦੇ ਵਿੱਚ ਜਦੋਂ ਅਸੀਂ ਆਏ ਹਾਂ ਕਿ ਆਮ ਦਿਹਾੜੀ 25 ਯੂਰੋ ਸੀ, 23 ਯੂਰੋ ਸੀ। ਇਸ ਟਾਈਮ ਯੂਨਾਨ ਦੇ ਵਿੱਚ ਜਿਹੜੀ ਦਿਹਾੜੀ ਆਮ ਮਜ਼ਦੂਰ ਦੀ ਜਾ ਰਹੀ ਹੈ 50 ਯੂਰੋ ਦਿਹਾੜੀ ਜਾ ਰਹੀ ਹੈ। ਤੇ ਜਿਹੜੇ ਮੇਰੇ ਵੀਰ ਭਰਾ ਆਉਣਾ ਚਾਹੁੰਦੇ ਨੇ ਲੀਗਲ ਤਰੀਕੇ ਨਾਲ ਆਓ, ਜੇ ਪੈਸੇ ਕਮਾਉਣੇ ਨੇ ਫਿਰ ਯੂਰਪ ਆਓ, ਜੇ ਸਟੱਡੀ ਵੀਜ਼ਾ ਤੇ ਆਉਣਾ ਫਿਰ ਇੰਗਲੈਂਡ, ਕੈਨੇਡਾ ਤੇ ਅਮੈਰੀਕਾ ਦਾ ਵੀਜ਼ਾ ਅਪਲਾਈ ਕਰੋ। ਉਮੀਦ ਕਰਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੇਗੀ। ਮੁਜ਼ੱਫਰ ਇਕਬਾਲ ਨੂੰ ਦਿਓ ਇਜਾਜ਼ਤ, ਦੁਆਵਾਂ ਵਿੱਚ ਯਾਦ ਰੱਖੋ, ਆਪਣਾ ਖਿਆਲ ਰੱਖੋ, ਅੱਲਾਹ ਹਾਫਿਜ਼।